ਕੀ ਗੱਲ ਹੋਈ ਮੇਰਾ ਨਾਮ ਜਸਪਾਲ ਸਿੰਘ ਸਾਹਮਣੇ ਆਵੇ ਮੇਰਾ ਘਰ ਵਾ ਤੇ ਗੱਡੀ ਦੀ ਸਪੀਡ ਜ਼ਿਆਦੀ ਸੀ ਤੇ ਜੰਪ ਤੋਂ ਜਾਨੀ ਕਿ ਹੋਈ ਗੱਡੀ ਤੇ ਸਪੀਡ ਜ਼ਿਆਦੀ ਸੀ ਆ ਕੇ ਦਾ ਪਹਿਲੀ ਜੋ ਅੱਜ ਕੀ ਗੱਡੀ ਤੇ ਕਿੰਨੇ ਜਣੇ ਦੀ ਮੌਤ ਹੋ ਗਈ ਤਿੰਨਾਂ ਜਣਿਆਂ ਦੀ ਮੌਤ ਹੋ ਗਈ ਇਹ ਕਾਰਨ ਜਿਹੜਾ ਜੰਪ ਦਾ ਜੀ ਸਰ ਜੰਪ ਦਾ ਜੀ ਇਹ ਸੜਕ ਮਹਿਕਮੇ ਨੇ ਜਿਹੜੇ ਇਹ ਪੁਲ ਤੇ ਜੰਪ ਬਣਾਇਆ ਉਹਦੇ ਤੋਂ ਆ ਹਾਂ ਜੀ ਜੰਪ ਤੋਂ ਆ ਗੱਡੀ ਤੇਜ਼ ਸੀ ਜੰਪ ਤੋਂ ਆ ਤੇ ਕੋਈ ਵਾਰਸਾਂ ਦਾ ਪਤਾ ਲੱਗ ਸਕਿਆ ਕਿ ਨਹੀਂ ਵਾਰਸਾਂ ਦਾ ਨਹੀਂ ਅਜੇ ਕਹਿੰਦੇ ਕੀਤਾ ਫੋਨ ਆਉਂਦਾ ਹੈ ਕੋਈ ਆਂਦੇ ਬੈਂਕ ਦੇ ਵਿੱਚ ਨੇ ਹਾਂਜੀ ਬੈਂਕ ਕੋਟਕ ਮਹਿੰਦਰਾ ਦਾ ਮੈਨੇਜਰ ਕਹਿੰਦੇ ਹਾਂਜੀ ਮੈਂ ਕੋਟਕ ਮਹਿੰਦਰਾ ਬੈਂਕ ਤੇ ਗਾਰਡ ਡਿਊਟੀ ਕਰਦਾ ਹਾਂ ਤੇ ਜਿਹੜਾ ਐਕਸੀਡੈਂਟ ਹੋਇਆ ਇਹ ਕੌਣ ਸਨ ਜੀ ਇਹ ਬ੍ਰਾਂਚ ਹੈਡ ਹੈ ਜਸਵੀਰ ਸਿੰਘ ਤੇ ਨਾਲ ਜਿਹੜੇ ਦੋ ਲੇਡੀਜ਼ ਸਮੀਤ ਜਿਹੜੀ ਕੈਸ਼ੀਅਰ ਆ ਤੇ ਆਪਰੇਸ਼ਨ ਹੈਡ ਜਿਹੜੀ ਬਲਜੀਤ ਕੌਰ ਪੱਟੀ ਤੋਂ ਆ ਤੇ ਇਹ ਕਿੱਥੋਂ ਦੇ ਰਹਿਣ ਵਾਲੇ ਜੀ ਇਹ ਜਿਹੜੇ ਬ੍ਰਾਂਚ ਹੈਡ ਉਹ ਅੰਮ੍ਰਿਤਸਰ ਦੇ ਆ ਤੇ ਸਮੀਤ ਮੈਡਮ ਜਿਹੜੀ ਕੈਸ਼ੀਅਰ ਉਹ ਵੀ ਅੰਮ੍ਰਿਤਸਰ ਦੇ ਹੀ ਆ ਇਹ ਕਿੱਧਰੋਂ ਆਪਰੇਸ਼ਨ ਹੈਡ ਜਿਹੜੇ ਉਹ ਬਲਜੀਤ ਕੌਰ ਉਹ ਪੱਟੀ ਦੇ ਆ ਇਹ ਕਿੱਧਰੋਂ ਆ ਰਹੇ ਸੀ ਕਿੱਧਰ ਨੂੰ ਜਾ ਰਹੇ ਇਹ ਅੰਮ੍ਰਿਤਸਰ ਤੋਂ ਹੋ ਕੇ ਪੱਟੀਓਂ ਮੈਡਮ ਬਲਜੀਤ ਕੌਰ ਨੂੰ ਭਾ ਕੇ ਨਾ ਭਿੱਖੀ ਵਡਾਉਣਾ ਆਰਡਰ ਚੱਲਣ ਡਿਆ ਕੱਲ ਦਾ ਉਸ ਤਰ੍ਹਾਂ ਬ੍ਰਾਂਚ ਦਾ ਟਾਈਮ 9 ਵਜੇ ਉਹਨਾਂ 8:30 ਉੱਤੇ ਪਹੁੰਚਣਾ ਸੀ ਤੇ ਕੀ ਇੱਕ ਐਕਸੀਡੈਂਟ ਦਾ ਕਾਰਨ ਕੀ ਹੈ ਐਕਸੀਡੈਂਟ ਦਾ ਕਾਰਨ ਭਾਜੀ ਸਾਡੇ ਆਉਂਦਿਆਂ ਨੂੰ ਤਾਂ ਐਕਸੀਡੈਂਟ ਹੋ ਚੁੱਕਾ ਸੀ ਕਿ ਮੌਕੇ ਤੇ ਜਿਹੜੇ ਕਿ ਉਹਨਾਂ ਨੂੰ ਪਤਾ ਹੋਏ ਗੱਲ ਦਾ ਵੀ ਚਾਹੇ ਤੇ ਸਟੀਅਰਿੰਗ ਫੇਲ ਹੋ ਗਿਆ ਗੱਡੀ ਦਾ ਚਾਹੇ ਹੁਣ ਰੱਬ ਨੂੰ ਪਤਾ ਚਾਹੇ ਪਰਮਾਤਮਾ ਨੂੰ ਪਤਾ ਵੀ ਕੀ ਕਾਰਨ ਬਣਿਆ ਵਾ ਆ ਇਹੋ ਆਰਡਰ ਚੱਲਣ ਡਿਆ ਉਸ ਤਰ੍ਹਾਂ ਬ੍ਰਾਂਚ ਦਾ ਟਾਈਮ 9 ਵਜੇ ਦਾ ਓਪਨ ਦਾ ਤੇ ਉਹਨਾਂ 8:30 ਚ ਪਹਿਲਾਂ ਪਹੁੰਚਣਾ ਫੇ ਲੇਟ ਨਾ ਹੋਈਏ ਕਿਤੇ ਆਰਡਰ ਕਹੇ ਨਾ ਸਾਨੂੰ ਵੀ ਬ੍ਰਾਂਚ ਤੋਂ ਲੇਟ ਆਏ ਆ ਤੇ ਉਹਨਾਂ 8:30 ਪਹੁੰਚਣਾ ਸੀ ਬ੍ਰਾਂਚ ਵਿੱਚ ਆਰਡਰ ਕਿੰਨੇ ਦਾ ਚੱਲਦਾ ਪਿਆ ਕੱਲ ਦਾ ਕੱਲ ਨੂੰ ਸਰਜਰੀ ਚੱਲਦਾ ਰਿਹਾ ਤੇ ਉਹਨਾਂ ਦੇ ਮਾਨਸਿਕ ਕੋਈ ਦਬਾਅ ਹੈ ਟਾਈਮ ਨਾ ਪਹੁੰਚਣ ਦਾ ਹਾਂਜੀ ਹਾਂਜੀ ਉਹ ਤਾਂ ਹੁੰਦਾ ਹੀ ਆ ਤੁਹਾਨੂੰ ਪਤਾ ਵੀ ਜਦੋਂ ਅਫਸਰ ਆਉਂਦਾ ਕੋਈ ਵੀ ਆ ਤੇ ਸਟਾਫ ਨੇ ਦਬਾਅ ਹੁੰਦਾ ਹੀ ਆ ਤੇ ਤੁਹਾਨੂੰ ਵੀ ਹੁਣ ਸੱਦਾ ਜਾ ਰਿਹਾ ਹਾਂਜੀ ਸਾਨੂੰ ਸੱਦਾ ਜਾ ਰਿਹਾ ਉੱਥੇ ਵੀ ਤੁਸੀਂ ਬ੍ਰਾਂਚ ਪਹੁੰਚੋ ਤਾਂ ਕਿ ਅਸੀਂ ਤੇ ਡੈੱਡ ਬੋਡੀ ਕੱਢ ਲਈਏ ਤੇ ਫੇਰ ਹੀ ਪਹੁੰਚਾਂਗੇ ਉੱਥੇ ਹੁਣ ਐਡੀਆਂ ਵੱਡੀਆਂ ਜਾਨਾਂ ਚੱਲ ਗਈਆਂ ਤਿੰਨ ਘਰ ਬਰਬਾਦ ਹੋ ਗਏ ਦੋ ਕੁੜੀਆਂ ਕੁਵਾਰੀਆਂ ਸੀ ਜਿਹੜੀਆਂ ਹਾਂਜੀ ਹਾਂ ਪਰ ਅਫਸਰਾਂ ਨੂੰ ਕੋਈ ਨਹੀਂ ਕਹਿੰਦਾ ਅਫਸਰਾਂ ਨੂੰ ਕੋਈ ਨਹੀਂ ਇਹਦੇ ਬਾਰੇ ਕੋਈ ਪਰਿਵਾਰਕ ਮੈਂਬਰ ਇਹਨਾਂ ਦੇ ਕਿਸੇ ਨੂੰ ਪਰਿਵਾਰਕ ਮੈਂਬਰ ਚਲੋ ਗੱਲਬਾਤ ਹੋਣ ਰਹੀ ਉਹਨਾਂ ਦੇ ਫੋਨ ਤੇ ਉਹ ਵੀ ਪਹੁੰਚ ਰਹੇ ਤੁਹਾਨੂੰ ਪਤਾ ਅੰਮ੍ਰਿਤਸਰ ਆਉਣਾ ਕਿਸੇ ਨੇ ਪੱਟੇ ਮੈਨੇਜਰ ਸਾਹਿਬ ਵਿਆਹ ਸਨ ਹਾਂਜੀ ਇਹ ਵਿਆਹੇ ਸਨ ਕਿੰਨੇ ਬੱਚੇ ਤੁਹਾਨੂੰ ਇਹਨਾਂ ਦੇ ਬੱਚੇ ਆ ਇਹਨਾਂ ਨਹੀਂ ਪਤਾ ਦੋ ਆ ਕੇ ਇੱਕ ਆ ਬੱਚੇ ਹੈ ਇਹਨਾਂ ਦੇ ਐਕਸੀਡੈਂਟ ਹੋਇਆ ਸਰ ਕੀ ਗੱਲ ਹੋਈ ਸਾਰੀ ਇਹਨਾਂ ਕੋਟ ਮਹਿੰਦਰਾ ਬੈਂਕ ਆ ਮਾੜੀ ਕੌਰ ਸਿੰਘ ਦਾ ਸਟਾਫ ਸੀ ਕਿ ਇੱਕ ਮੈਨੇਜਰ ਸੀ ਜਸਵੀਰ ਸਿੰਘ ਇੱਕ ਬਲਜੀਤ ਕੌਰ ਲੇਡੀ ਸੀ ਇਹ ਪੱਟੀ ਤੋਂ ਹੀ ਮੈਨੇਜਰ ਸਾਹਿਬ ਅੰਮ੍ਰਿਤਸਰ ਤੋਂ ਹੀ ਤੇ ਸੁਮੀਤ ਕੌਰ ਕੈਸ਼ੀਅਰ ਜਿਹੜੀ ਇਹ ਵੀ ਨਾਲ ਅੰਮ੍ਰਿਤਸਰ ਤੋਂ ਇਹ ਉਧਰੋਂ ਕੋਈ ਬੈਂਕ ਦੇ ਕੰਮ ਦੇ ਵਿੱਚ ਤੜਕੇ ਆ ਰਹੇ ਸੀ ਕੋਈ 8 ਵਜੇ ਦਾ ਟਾਈਮ ਆ ਇੱਥੇ ਪੁਲ ਦੇ ਲਾਗੇ ਜਦੋਂ ਇਹ ਗੱਡੀ ਸਪੀਡ ਜਾ ਰਹੀ ਆ ਤੇ ਖੱਬੇ ਹੱਥ ਆਪਣੀ ਸਾਈਡ ਹੀ ਇਹਨਾਂ ਤੋਂ ਕਿਤੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਟਾਲੀ ਦੇ ਵਿੱਚ ਵੱਜੀ ਤੇ ਤਿੰਨੇ ਜਿਹੜੇ ਮੁੱਕਦੇ ਸਰ ਇਹ ਤਾਂ ਕਹਿਣਾ ਵਾ ਕਿ ਉੱਥੇ ਜਿਹੜੇ ਡੈਂਪ ਬਣਿਆ ਉਹਦੇ ਤੋਂ ਬੁੜਕੀ ਆ ਗੱਡੀ ਤੇ ਫੇਰ ਇੱਧਰ ਜਿਹੜੇ ਲੋਕ ਮੌਜੂਦ ਨੇ ਉਹਨਾਂ ਨੇ ਦੱਸਿਆ ਹੋ ਸਕਦਾ ਇਹ ਵੀ ਚੱਲ ਹੋ ਸਕਦੀ ਉੱਥੇ ਥੋੜਾ ਜਿਹਾ ਜੰਪ ਹੈ ਵਾ ਪ੍ਰੋਬਲਮ ਆਉਂਦੀ ਜਿਹੜੇ ਨਵੇਂ ਆਉਂਦੇ ਆ ਇੱਧਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਜਿਹੜੇ ਪੁਰਾਣੇ ਉਹਨਾਂ ਨੂੰ ਪਤਾ ਉਹ ਥੋੜੇ ਸਲੋ ਕਰ ਲੈਂਦੇ ਐਕਸੀਡੈਂਟ ਦਾ ਕਾਰਨ ਉਹ ਬਣ ਸਕਦਾ ਹੋ ਸਕਦਾ ਇਹ ਵੀ ਬਣ ਸਕਦਾ ਤੇ ਪੁਲਿਸ ਕੀ ਕਾਰਵਾਈ ਕਰਦੀ ਬਸ ਉਹ ਲਾਸ਼ ਕਬਜ਼ੇ 'ਚ ਤਿੰਨੇ ਲੈ ਲਈਆਂ ਦਾ ਅੱਛਾ ਤੇ ਆਪਾਂ ਜਿਹੜੀ ਬਣਦੀ ਕਾਰਵਾਈ ਕਰਾਂਗੇ ਹਾਂਜੀ ਕੀ ਨਾਂ ਤੁਹਾਡਾ ਤੇ ਕੀ ਗੱਲ ਹੋਈ ਹੈ ਜੀ ਸਾਰੀ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਅੱਜ ਕੀ ਗੱਲ ਹੋਈ ਹੈ ਜੀ ਸਰ ਇੱਥੇ ਨਾ ਐਕਸੀਡੈਂਟ ਹੋਇਆ ਇਹ ਨਾ ਕੋਟਕ ਮਹਿੰਦਰਾ ਦਾ ਬ੍ਰਾਂਚ ਮੈਨੇਜਰ ਹੈ ਔਰ ਦੋ ਦੇ ਨਾਲ ਦੋ ਉਹਦੇ ਸਟਾਫ ਮੈਂਬਰ ਮੈਡਮਾਂ ਨੇ ਇਹ ਉੱਥੋਂ ਆਪਣੇ ਬੈਂਕ ਡਿਊਟੀ ਲਈ ਆ ਰਿਹਾ ਸੀ ਅਤੇ ਇੱਥੇ ਕਾਲਿਆਂ ਦੇ ਲਾਗੇ ਇੱਥੇ ਸੜਕ ਬੈਠੀ ਹੋਈ ਆ ਉੱਥੇ ਪੁਲ ਦੇ ਨਾਲ ਉੱਥੇ ਗੱਡੀ ਜਦੋਂ ਉੱਥੇ ਆਈ ਆ ਤਾਂ ਉਹਨਾਂ ਤੋਂ ਉਦੋਂ ਬਾਅਦ ਕੰਟਰੋਲ ਨਹੀਂ ਹੋਈ ਗੱਡੀ ਦਰਖਤ ਦੇ ਵਿੱਚ ਜਾ ਕੇ ਵੱਜੀ ਆ ਅਤੇ ਡੈਥ ਹੋ ਗਈ ਆ ਜੀ ਤਿੰਨਾਂ ਦੀ ਅਤੇ ਘਰਦਿਆਂ ਨੂੰ ਉਹਨਾਂ ਦੇ ਕਿਸੇ ਨੂੰ ਕੋਈ ਪਤਾ ਲੱਗਾ ਜੀ ਨਹੀਂ ਘਰਦੇ ਨਹੀਂ ਜੀ ਹਾਲੇ ਜਿਹੜੇ ਇਹਨਾਂ ਦੇ ਨਾਲ ਬੰਦੇ ਉੱਥੇ ਬੈਂਕ ਦੇ ਵਿੱਚ ਜੋਬ ਕਰਦੇ ਉਹਨਾਂ ਦਾ ਪਤਾ ਲੱਗ ਗਿਆ ਉਹ ਆ ਗਏ ਨੇ ਬ੍ਰਾਂਚ ਮੈਨੇਜਰ ਆ ਉਹਨਾਂ ਦਾ ਆਈਡੀ ਕਾਰਡ ਹੈ ਜਸਵੀਰ ਸਿੰਘ ਹੈ ਜੀ ਅਤੇ ਕੋਈ ਪਰਿਵਾਰ ਮੈਂ ਕੋਈ ਪੁਲਿਸ ਵਾਲਾ ਕੋਈ ਮੌਕੇ 'ਤੇ ਆ ਸਕਿਆ ਨਹੀਂ ਹਾਲੇ ਪੁਲਿਸ ਵਾਲੇ ਤਾਂ ਕੋਈ ਨਹੀਂ ਜੀ ਹਾਲੇ ਆਏ ਚਲੋ ਇਨਫੋਰਮ ਕੀਤਾ ਸ਼ਾਇਦ ਥੋੜ੍ਹੀ ਦੇਰ ਤੱਕ ਆ ਜਾਣਗੇ